ਕਈ ਵਾਰ ਇਲਾਜ ਦੇ ਦੌਰਾਨ ਵਰਤੀਆਂ ਜਾਣ ਵਾਲੀਆਂ ਦਵਾਈਆਂ ਵੀ ਭਾਰ ਵਧਣ ਦੇ ਕਾਰਨ ਬਣਦੀਆਂ ਹਨ। ਹਰ ਦਵਾਈ ਦਾ ਕੋਈ ਨਾ ਕੋਈ ਸਾਈਡ ਇਫੈਕਟ ਹੁੰਦਾ ਹੈ। ਅਸੀਂ ਇੱਥੇ ਅਸੀਂ ਕੁਝ ਦਵਾਈਆਂ ਬਾਰੇ ਦੱਸਦੇ ਹਾਂ ਜੋ ਤੁਸੀਂ ਅਕਸਰ ਦਵਾਈਆਂ ਵਰਤਦੇ ਹੋ, ਜਿਵੇਂ ਕਿ ਔਰਤਾਂ ਗਰਭ ਨਿਰੋਧਕ ਗੋਲੀਆਂ ਲੈਣ ਦੇ ਨਾਲ ਵੀ ਭਾਰ ਵਧਣ ਲੱਗ ਜਾਂਦਾ ਹੈ। ਇਹਨਾਂ ਦਵਾਈਆਂ ਦੇ ਵਿੱਚ ਮੌਜੂਦ ਪ੍ਰੋਜੈਸਟਰੋਨ ਅਤੇ ਐਸਟ੍ਰੋਜਨ ਹਾਰਮੋਨ ਦੇ ਮਾੜੇ ਪ੍ਰਭਾਵ ਸਰੀਰ ਉੱਤੇ ਦਿਖਾਈ ਦਿੰਦੇ ਹਨ, ਜਿਸ ਕਾਰਨ ਸਰੀਰ ਦੇ ਵਿੱਚ ਤਰਲ ਪਦਾਰਥ ਬਣਨਾ ਸ਼ੁਰੂ ਹੋ ਜਾਂਦਾ ਹੈ, ਜਿਸ ਦੇ ਕਾਰਨ ਭਾਰ ਵਧਣ ਲੱਗਦਾ ਹੈ। ਇਸ ਦੇ ਨਾਲ ਕਮਰ ਦੇ ਕਾਰਨ ਅਤੇ ਛਾਤੀ ਅਤੇ ਪੱਟਾਂ ਤੇ ਵੀ ਮੋਟਾਪਾ ਦਿਖਾਈ ਦਿੰਦਾ ਹੈ। ਮਲਟੀਵਿਟਾਮਿਨ ਦਵਾਈਆਂ ਲੰਬੇ ਸਮੇਂ ਤੱਕ ਲੈਣ ਦੇ ਨਾਲ ਵੀ ਤੇਜ਼ੀ ਦੇ ਨਾਲ ਭਾਰ ਵੱਧਦਾ ਹੈ, ਇਸ ਦੇ ਨਾਲ ਮੋਟਾਪੇ ਦੀ ਸਮੱਸਿਆ ਵੀ ਹੋ ਸਕਦੀ ਹੈ। ਅਜਿਹੀਆਂ ਦਵਾਈਆਂ ਸਰੀਰ ਦੇ ਵਿੱਚ ਪਾਚਕ ਪ੍ਰਕਿਰਿਆ ਨੂੰ ਸਰਗਰਮ ਕਰਦੀਆਂ ਹਨ, ਜਿਸ ਕਾਰਨ ਲੋਕਾਂ ਨੂੰ ਭੁੱਖ ਲੱਗਦੀ ਹੈ ਅਤੇ ਤੇਜ਼ੀ ਨਾਲ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਜੇ ਹਾਈ ਬੀਪੀ ਦੇ ਮਰੀਜ਼ ਵੀ ਰੋਜ਼ਾਨਾ ਦਵਾਈਆਂ ਲੈਣ ਲੱਗਦੇ ਹਨ ਤਾਂ ਇਸ ਦੇ ਨਾਲ ਭਵਿੱਖ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧਦਾ ਹੈ। ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਦਵਾਈਆਂ ਦੇ ਨਾਲ ਨਾਲ ਕਸਰਤ ਵੀ ਕਰੋ। ਸ਼ੂਗਰ ਦੇ ਮਰੀਜ਼ ਵੀ ਦਵਾਈਆਂ ਜਾਂ ਇੰਸੂਲਿਨ ਲੈ ਕੇ ਆਪਣਾ ਭਾਰ ਕੰਟਰੋਲ ਦੇ ਵਿੱਚ ਕਰਦੇ ਹਨ। ਅਜਿਹੀ ਸਥਿਤੀ ਦੇ ਵਿੱਚ ਭਾਰ ਵਧਣਾ ਲਾਜ਼ਮੀ ਹੈ। ਸ਼ੂਗਰ ਦੀਆਂ ਦਵਾਈਆਂ ਅਤੇ ਇੰਸੂਲਿਨ ਦੀ ਵਰਤੋਂ ਨਾਲ ਵੀ ਭਾਰ ਵੱਧਦਾ ਹੈ, ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਅਤੇ ਕਸਰਤ ਦਾ ਖਾਸ ਧਿਆਨ ਦੇਣਾ ਚਾਹੀਦਾ ਹੈ।